ਤਾਂ ਜੀ ਕਿੱਦਾਂ ਸਾਰੇ? ਵਧੀਆ, ਆਪਾਂ ਵੀ ਬਹੁਤ ਵਧੀਆ। ਥੋੜ੍ਹੀ ਠੰਡ ਹੈ, ਥੋੜ੍ਹੀ ਨਹੀਂ ਬਹੁਤ ਠੰਡ ਹੈ, ਔਰ ਟਾਈਮ ਹੋਇਆ ਸਿਰਫ 12:30 ਵਜੇ, ਅਭੀ ਤੱਕ ਸਿਰਫ 12:30, ਸਮਝ ਰਹੇ ਹੋ? ਮਤਲਬ ਜਬ ਤੱਕ ਧੂਪ ਥੀ ਥੋੜ੍ਹੀ ਦੇਰ ਹਮਨੇ ਰੈਸਟ ਕੀਆ, ਉਸਕੇ ਬਾਅਦ ਹਮਨੇ ਸਿੰਘ ਸਾਹਿਬ ਕੋ ਉਡਾਇਆ। ਆਪਣੇ ਦੇਖ ਹੀ ਲੀਏ ਕੈਸੇ ਸ਼ਾਟ ਤੇ, ਅਭੀ ਕੁਛ ਸਮਝ ਵੀ ਨਹੀਂ ਆ ਰਿਹਾ। ਦਿਲ ਤੋਂ ਕਰ ਰਿਹਾ ਕਿ ਰੈਸਟ ਕਰ ਲੇ ਅੱਜ, ਪਰ ਹਮ ਯਹਾਂ ਪਰ ਆਏ ਹੈ ਤੋ ਆਪਕੋ ਯਹਾਂ ਕੇ ਹੌਰਨਬਿਲ ਕੇ ਦਰਸ਼ਨ ਕਰਵਾਉਣੇ ਤੋਂ ਬਣਤੇ ਹੈ, ਇਸ ਲਈ ਹਮਨੇ ਥੋੜ੍ਹੀ ਸੀ ਹਿੰਮਤ ਜੁਟਾਈ ਹੈ, ਜੈਕਟ ਵੈਕਟ ਟਾਈਟ ਕੀ ਹੈ, ਔਰ ਨਿਕਲਨੇ ਕਾ ਸੋਚਾ ਹੈ। ਬਾਕੀ ਉਤਕਰਸ਼ ਕੀ ਅਭੀ ਤੱਕ ਤਬੀਅਤ ਸਹੀ ਨਹੀਂ ਹੋਈ ਹੈ, ਦਵਾਈ ਵਵਾਈ ਲੈ ਕੇ, ਇਸ ਲਈ ਵੋ ਜਾ ਨਹੀਂ ਰਿਹਾ। ਔਰ 4 ਵਜੇ ਤੋਂ ਅੰਧੇਰਾ ਹੋ ਹੀ ਜਾਤਾ, ਆਪਕੋ ਪਤਾ ਹੀ ਹੈ। ਔਰ ਹਮ ਰੁਕੇ ਹੈ ਜਿੰਗਾਰੋ ਕੈਂਪਿੰਗ ਪੇ, ਜਿੰਗਾ ਇਹ ਪੂਰਾ ਟੈਂਟ ਵੈਂਟ ਜੋ ਹੈ ਬਹੁਤ ਹੀ ਅੱਛੇ ਸੇ ਯਹਾਂ ਪਰ ਮੈਨੇਜ ਕੀਆ। ਸੁਬਹ ਮੈਗੀ ਵੀ ਖਾਈ ਹਮਨੇ, ਬਹੁਤ ਹੀ ਸਵਾਦਿਸ਼ਟ ਸਵਾਦਿਸ਼ਟ ਮੈਗੀ ਥੀ। ਹਿੱਪੀ ਨੇ ਵੀ ਮੈਗੀ ਖਾਈ, ਹਿੱਪੀ ਨੇ ਤਾਂ 2-3 ਖਾ ਲਈ। ਹਿੱਪੀ ਕਿਤੀ ਮੈਗੀ ਖਾਈ? 2 ਮੈਗੀ ਖਾਈ। ਇਸ ਦੀ ਹਾਲਤ ਦੇਖੋ, ਇਹ ਠੰਡ ਮੇ ਕਿਤੀ ਠੰਡ ਹੈ। ਅਭੀ ਤੋ 1:30 ਹੁਆ ਹੈ ਦੁਪਹਿਰ ਕੇ, ਬਤਾਈਏ। ਔਰ ਯਹਾਂ ਪਰ ਹਮਾਰਾ ਪੂਰਾ ਇਕਵਿਪਮੈਂਟ ਚਾਰਜਿੰਗ ਪਰ ਹੈ। ਦਿਸ ਇਜ਼ ਅ ਕਿਚਨ, ਇਧਰ ਸਾਈਡ ਸਾਫ ਸੁਥਰੀ, ਇੱਕ ਟੈਂਟ ਅੰਦਰ ਵੀ ਲਗਾ ਹੈ। ਹੈਲੋ, ਅਬ ਸਬਸੇ ਜ਼ਰੂਰੀ ਚੀਜ਼, ਕਿਆ ਯਹਾਂ ਪਰ ਟੋਇਲੈਟ ਬਾਥਰੂਮ ਹੈ? ਵੋ ਆਪਕੋ ਦਿਖਾਤੇ ਹੈਂ। ਬਿਲਕੁਲ ਹੈ, ਮਜ਼ਬੂਤ ਹੈ, ਮਜ਼ਬੂਤ, ਲੋਖਣ ਕਾ, ਲੋਖਣ ਕਾ। ਇਹ ਹੈ ਯਹਾਂ ਪਰ ਬਾਥਰੂਮਸ, ਆਪ ਨਹਾ ਸਕਤੇ ਹੋ, ਪਾਣੀ ਆਪਕੋ ਮਿਲੇਗਾ। ਜੋ ਦੋ ਟੋਇਲੇਟਸ ਬਣਾਏ ਗਏ ਹੈ, ਅਬ ਇਸਕੋ ਅੰਦਰ ਸੇ ਦੇਖਨੇ ਕਾ ਕਿਸੀ ਕਾ ਮਨ ਨਹੀਂ ਹੋਤਾ। ਵੈਸੇ ਇੰਡੀਅਨ ਟੋਇਲੇਟ ਹੈ, ਇਤਨਾ ਮਿਲ ਜਾਏ ਬਹੁਤ ਹੋਤਾ ਹੈ। ਔਰ ਜਿਨਕੋ ਜ਼ਿਆਦਾ ਠੰਡ ਲਗਤੀ ਹੈ ਉਨਕੇ ਲੀਏ ਗਰਮ ਪਾਣੀ ਵੀ ਹੈ, ਪੀਨੇ ਕੇ ਲੀਏ ਠੰਡਾ ਪਾਣੀ ਵੀ ਹੈ, ਯਹਾਂ ਪਰ ਗਰਮ ਪਾਣੀ ਹੋਤਾ ਰਹਤਾ ਹੈ। ਅਗਰ ਆਪਕੋ ਨਹਾਨੇ ਕਾ ਇਰਾਦਾ ਹੋ, ਹਮਾਰੇ ਜੈਸੇ ਨਹੀਂ, ਆਪਕਾ ਨਹਾਨੇ ਕਾ ਇਰਾਦਾ ਹੋ ਤੋ ਨਹਾ ਲੈਣਾ। ਹਮ ਜਿਸ ਚੀਜ਼ ਸੇ ਭਾਗ ਰਹੇ ਥੇ ਵਹੀ ਚੀਜ਼ ਵਾਪਿਸ ਹਮਾਰੀ ਆਂਖੋਂ ਕੇ ਸਾਹਮਨੇ ਹੈ। ਚਾਵਲ ਖਾਓ, ਔਰ ਦਾਲ, ਦਾਲ, ਦਿਸ ਇਜ਼ ਨੋਟ ਦਾ ਦਾਲ, ਦਿਸ ਇਜ਼ ਡਾਲ, ਕਿਉਂਕਿ ਠੰਡ ਹੋ ਗਈ ਹੈ ਤਾਂ ਦਿਸ ਇਜ਼ ਡਾਲ। ਉਤਕਰਸ਼ ਆ ਜਾ ਬਾਈ, ਇਹ ਮੇਰੇ ਪਾਰਟਨਰ ਦੀ ਹਾਲਤ ਦੇਖੋ। ਆਓ ਜੀ, ਕੈਸੇ ਹੋ, ਕਿਆ ਚੱਲ ਰਿਹਾ? ਬੜੀਆ ਸਭ, ਚੰਗਾ ਸਭ, ਆ ਜਾ ਚੱਲ ਕਰ ਗੱਲ। ਫਾਈਨਲੀ ਆਪ ਲੋਕੋ ਕੋ ਕੈਮਰਾ ਲੈ ਕੇ ਗਿਆ ਤਾਂ ਥੋੜ੍ਹੀ ਸਮਾਈਲ ਆਈ ਉਸਕੀ ਸੂਰਜ ਸੇ ਚਿਹਰੇ ਪਰ, ਤਾਂ ਅੱਛੀ ਬਾਤ ਹੈ, ਠੀਕ ਹੋ ਜਾਏ ਜਲਦੀ ਸੇ। ਓ ਹੋ ਪਹੁੰਚ ਗਏ, ਹਿੱਪੀ ਕੈਸਾ ਲੱਗ ਰਿਹਾ ਵੈਸੇ ਅਭੀ ਤੱਕ? ਠੰਡ ਹੈ ਵੈਸੇ, ਠੰਡ ਹੈ ਯਹਾਂ ਪਰ, ਯਾਰ ਇਹ ਕਾਫੀ ਖੂਬਸੂਰਤ ਹੈ ਮਾਰਕੀਟ, ਮਾਰਕੀਟ ਅੱਛਾ ਲੱਗ ਰਿਹਾ ਕਾਫੀ, ਐਸਾ ਲੱਗ ਰਿਹਾ ਕਿ ਕਿਆ ਬੋਲਦੇ ਉਸਕੋ ਅਪਗ੍ਰੇਡ ਵਾਲਾ, ਮਤਲਬ ਕੁਝ ਬੜਾ ਫੈਸਟੀਵਲ ਹੈ, ਤਵੀ ਬੋਲ ਰਹੇ ਕਿ ਹੁਣ ਜਿਤਨੇ ਲੋਕਾਂ ਨੇ ਮੈਸੇਜ ਕੀਤੇ ਨੇ ਹੌਰਨਬਿਲ ਜਾ ਕੇ ਆਓ, ਬਿਲਕੁਲ ਪਰਫੈਕਟ ਲੱਗ ਰਿਹਾ ਦੇਖੋ। ਸਮਝ ਕੁਛ ਨਹੀਂ ਆ ਰਿਹਾ ਪਰ ਮਜ਼ਾ ਬਹੁਤ ਆ ਰਿਹਾ। ਆਪਕੋ ਕੈਸਾ ਲੱਗਾ ਸੱਚ ਸੱਚ ਬਤਾ ਦੋ, ਰੱਬ ਦੀ ਸੁਣ ਲੱਗੇ ਤੈਨੂੰ, ਸੱਚੀ ਸੱਚੀ ਦੱਸੀ ਕਿਹਾ ਲੱਗਿਆ? ਬਹੁਤ ਅੱਛਾ, ਬਹੁਤ ਅੱਛਾ ਲੱਗਾ, ਮਜ਼ਾ ਆਇਆ, ਮਤਲਬ ਅੱਛਾ ਹੈ ਕਿ ਜਲਦੀ ਨਿਕਲ ਕੇ ਆ ਗਏ। ਅਭੀ ਹਮਾਰੇ ਕੋ ਆਗੇ ਨਹੀਂ ਪਤਾ ਕਿ ਕਿਆ ਪਲੈਨ ਹੈ ਪਰ ਯਹਾਂ ਪਰ ਬਹੁਤ ਮਜ਼ਾ ਆਇਆ। ਔਰ ਰੱਬੀ ਯੇ ਵਾਲਾ ਜੋ ਰੰਗ ਰੰਗਾ ਰੰਗ ਕਾਰਿਆਕ੍ਰਮ ਥਾ ਵੋ ਖਤਮ ਹੋ ਚੁੱਕੇ, ਆਗੇ ਕਿਆ ਕਰਨਾ ਅਭੀ ਤੱਕ ਆਈਡੀਆ ਨਹੀਂ, ਕਿਉਂਕਿ ਸਾਰੀ ਫਿਲਮ ਬਾਹਰ ਆਉਣ ਲੱਗੀ ਆ। ਬਾਏ, ਬਤਾਤੇ ਆ ਗਿਆ ਪਲੈਨ। ਜੀ ਆ ਬਤਾਈਏ ਆਪਕਾ ਟ੍ਰਾਈਬ ਕੌਨ ਸਾ? ਆਓ ਹਮ ਆਓ ਆਓ ਟ੍ਰਾਈਬ। ਅਭੀ ਇਹਨਾਂ ਨੇ ਬਾਂਬੂ ਡਾਂਸ ਕੀਆ ਤਾਂ ਬਹੁਤ ਹੀ ਸਹੀ ਥਾ, ਹਮਕੋ ਥੋੜ੍ਹਾ ਦੂਰ ਸੇ ਦੇਖਨੇ ਕੋ ਮਿਲਾ ਪਰ ਵੋ ਜੋ ਜਿਤਨਾ ਕੁਛ ਥਾ ਵੋ ਸੈਂਟਰ ਮੇਂ ਹੋ ਰਹਾ ਥਾ। ਹਾਂ ਸੈਂਟਰ, ਹਮਕੋ ਥੋੜ੍ਹਾ ਦੂਰ ਸੇ ਦੇਖਨੇ ਕੋ ਮਿਲਤਾ ਤਾਂ ਵੋ ਬਹੁਤ ਹੀ ਮੇਰੇ ਕੋ ਲੱਗ ਰਿਹਾ ਥਾ ਬਹੁਤ ਹੀ ਟਫ ਹੈ ਸੀਖਣਾ, ਕਿਤਨਾ ਪ੍ਰੈਕਟਿਸ ਲੱਗਤਾ ਹੋਗਾ। ਮੇਰੇ ਕੋ ਸਾਰੇ
तीन महीना तो कम से कम 3 महीना तो प्रैक्टिस करता है। एक क्वेश्चन है, हमको इतना ठंड लग रहा है, आप ही इतना छोटा छोटा कपड़ा पहन के करते हैं, आपको कितना ठंड लगता है? ठंड तो लगता है लेकिन मजबूरी है, हम कल्चर है, कुछ कल्चर ट्रीज का ऊपर हमारा सेबल ट्रीज नहीं बन सकता है। इसको क्या बोलते हैं? खत्ता बोलता है, खत्ता खत्ता। इसको जो है शिमा बोलते हैं हम, शिमा। और ये है नोकलियर, जैसे कि ताऊ ताऊ का, अच्छा ताऊ पकड़ लेता है, ताऊ पकड़ लेता है। तो ये अभी भी होता है, पहनते हो आप भी या सिर्फ फेस्टिवल? हाँ, इस ये तो रहता ही है, यूज करते हैं जस्ट जो हम और लोग गए तो नागा लोग काम करते हैं, खेत काटता है, नहीं तो कुछ कुछ काम करते हैं, उस टाइम तो ये तो पहनते हैं, ताऊ तो पकड़ते हैं। थैंक यू सर, थैंक यू, बहुत अच्छा लगा आपसे मिलकर। थैंक यू। Only hippie is happy. Rice beer. ये जो भी घटना घटित हुई है अभी, जो ये भिड़ी है, इसके पीछे हम कुछ नहीं कहना चाहते हैं, इसके पीछे जो भी हुआ है वो उसके हाथ में जो मग था वही था। कैमरामैन सत्या के साथ, एंकर सत्या, धन्यवाद। हॉर्नबिल से धन्यवाद। ये भंडौरत यही है, धन्यवाद। क्या हो रहा है कि ना, हमको कुछ समझ में नहीं आ रहा है यहाँ पर करेंगे, पर ना सच बात तो ये है कि हमको मज़ा बहुत आ रहा है, पता नहीं कैसे। पता नहीं कैसे, कुछ है नहीं, बज नहीं रहा था, असर है किसका, नशा है, कुछ भी नहीं समझ में आ रहा, पर मज़ा बहुत आ रहा है क्योंकि यहाँ का जो वाइब है ना वो बहुत अच्छा है, बहुत ही अच्छा है मतलब, और वाइब को मेंटेन रखा हुआ है। ये जो मग से पिया जा रहा है, मतलब एक तो क्या है कि आप पी रहे हो राइस वाइन जो भी है यहाँ की, राइस बियर, और देखो नाम भी सही नहीं निकल रहा, सियापा हो गया, ठीक है। और दूसरा क्या, पी कैसे रहे, ये ऐसे लकड़ी का कप, ऐसा क्यूट सा, मतलब तुम्हारे लिए वो लाइफ का फील ही चेंज हो गया, लाइटें जल चुकी हैं, लड़का स्मार्ट लगता है, वो लड़की खूबसूरत लगती है, हंसो। शो योर टैलेंट, या या या, No. Can you use like that also? It's too dangerous. भाई साहब ये है तगड़ी चीज। नहीं मैं आपले दिवाली जरा समझ रहे हो, सब्सक्राइब करके जाओ नहीं तो। समझ गए? हिप्पी बोल रही है, तो हिप्पी रख दे, ऐसे लग जाएगी। नहीं नहीं ठीक है, ओके समझ गए, क्योंकि कल मुझसे आ जाएगा काम, हो जाएगा। बहुत ही बढ़िया था, बहुत ही बढ़िया था, बहुत ही बढ़िया था। स्यापा हो गया, बुर्रा बुर्रा हो गया, बुर्रा बुर्रा, ठीक है जी। बस आई सी गाय था दिन, कल जल्दी आएंगे, जल्दी सब कुछ करेंगे, और आपका ख्याल रखो, अस्सी भी आपका ख्याल रखेंगे, चंगा फिर, रब रखा, बुर्रा, कैसे बुर्रा, बाय।